ਜਦੋਂ ਮੈਂ ਉਤਰਿਆ ਲੁਧਿਆਣਾ ਚੰਡੀਗੜ੍ਹ ਰੋਡ ਤੋਂ ਤੇ ਇੱਧਰ ਮੈਂ ਅਪਰੋਚ ਕੀਤੀ ਆ ਦਰਿਆ ਵੱਲ ਨੂੰ ਕੋਈ ਸੜਕ ਨਹੀਂ ਬਚੀ ਇੰਨੀ ਸੜਕਾਂ ਦੀ ਮਾੜੀ ਹਾਲਤ ਆ ਇੰਨੀਆਂ ਟੁੱਟੀਆਂ ਹੋਈਆਂ ਸੜਕਾਂ ਨੇ ਔਰ ਮੈਨੂੰ ਮੇਰੇ ਆਉਂਦਿਆਂ ਹੀ ਘੱਟੋ ਘੱਟ 100 ਟਿੱਪਰ ਮੈਨੂੰ ਕ੍ਰੋਸ ਕੀਤਾ ਹੈਵੀ ਟਰਾਂਸਪੋਰਟੇਸ਼ਨ ਜਿੰਨੀ ਮਾਈਨਿੰਗ ਔਰ ਮੈਨੂੰ ਪਿੰਡ ਵਾਲਿਆਂ ਨੇ ਹੁਣੇ ਇਲਾਕੇ ਵਾਲਿਆਂ ਨੇ ਦੱਸਿਆ ਕਿ ਬੇਤਹਾਸ਼ਾ ਮਾਈਨਿੰਗ ਚੱਲਦੀ ਹੈ ਸਾਡੇ ਦਰਿਆ ਦੇ ਇਸ ਬੈਲਟ ਵਿੱਚ ਜਿੰਨੀਆਂ ਲਿੰਕ ਰੋਡਸ ਨੇ ਖਾਸ ਤੌਰ ਤੇ ਰਾਹੋਂ ਰੋਡ अगली विधानसभा के इस मसले को उठाया जाएगा। राहों रोड की बहुत बुरी हालत है और जी गैर कानूनी माइनिंग का इल्जाम मौके के एम एल ए उत्ते भी लाया जा रहा लोगों वालों कि ये पांच टिप्पर नॉन स्टॉप चलते हैं। मेरी भगवंत मान को बेनती है कि तुम विधानसभा बैठे उत्थे बहुत वड्डे वड्डे बयान दे रहे हो तुहाडे मिनिस्टर साहब उत्थे आण के कि ना असी भ्रिष्टाचार रहन दिता ना असी माइनिंग रहन दिती लेकिन जमीन की हकीकत जी कुछ होर हैगी आ। कृपा करके अपने एम एल ए नत्थ पाओ तो पंजाब के अधिकारियों इतने भेजो ਤਾਂ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਰੇਪ ਹੋ ਰਿਹਾ ਵਾ ਸਾਡੇ ਇਕੋਲੋਜੀ ਦਾ ਉਹ ਬੰਦ ਕੀਤਾ ਜਾਵੇ ਔਰ ਇਹ ਸੜਕਾਂ ਜਿਹੜੀਆਂ ਵਾ ਇਹ ਤੁਰੰਤ ਬਚਾਈਆਂ ਜਾਣ ਵਰਨਾ ਇੰਨੀ ਹੈਵੀ ਟ੍ਰੈਫਿਕ ਚੱਲਣ ਜੋਗੀਆਂ ਲਿੰਕ ਰੋਡਸ ਨਹੀਂ ਹੁੰਦੀਆਂ। ਇਹ ਗੈਰ ਕਾਨੂੰਨੀ ਮਾਈਨਿੰਗ ਬੰਦ ਕਰੋ ਟਿੱਪਰਬਾਜ਼ੀ ਬੰਦ ਕਰੋ ਅਤੇ ਸਾਡਾ ਜਿਹੜਾ ਇਲਾਕਾ ਇਹ ਬਚੇ। ਅਤੇ ਲਾਸਟ ਅਗੇਨ ਆਈ ਵਾਂਟ ਟੂ ਰੀਟਰੇਟ ਦੈਟ ਵੀ ਸਟੈਂਡ ਫੋਰ ਦ ਜੰਗਲ ਆਫ ਮੱਤੇਵਾੜਾ ਵੀ ਸਟੈਂਡ ਫੋਰ ਕਲੀਨ ਇਨਵਾਇਰਨਮੈਂਟ ਵੀ ਸਟੈਂਡ ਫੋਰ ਪ੍ਰੋਟੈਕਸ਼ਨ ਆਫ ਆਵਰ ਰਿਵਰ ਵਾਟਰਸ and we stand for protection of our people।